एक पासे जिथे लोग हड़ां दे पानी की मार विच अपने जान माल की राखी लई फिक्रमंद दिखाई दे रहा है अते सरकारां तों राहत की उम्मीद भी लाई बैठे है, उधर सियासी लोग वोटां की फसल कट्टण लई आपस विच तू तू मैं ते उतरे होए है। खबर पटियाला तो आ रही है, पटियाला विच सियासी खिचोतान की खबर सामने आई है। हड़ां की मार विच आए समाणा हल्के विच अज साबका मुख्यमंत्री कैप्टन अमरिंदर सिंह की बेटी जयेंद्र कौर ते कैबिनेट मंत्री चेतन सिंह जोड़े माजरा आमो सामने हो गए। दोवें इत्थे स्थिति का जायजा लैण लई अते लोकां दी हर संभव सहायता करन लई पहुंचे हुए सी, पर इत्थे दोवां विचाले बहस शुरू हो गई ते हड़ां दे पाणी विच ट्रैक्टर ते खड़े जयेंद्र कौर दे पाणी विच खड़े मंत्री जोड़े माजरा नाल बहस करदे दिखाई दिते है। दरअसल दोवां विचाले किश्ती नूं लै के बहसबाजी हुई ते जयेंद्र कौर दा कहना सी कि उहनां नूं वार वार कहण ते किश्ती मुहैया नहीं करवाई जा रही। इस गल नूं लै के कैबिनेट मंत्री चेतन सिंह जोड़े माजरा नाल शुरू हुई गलबात वेखदिआं तिखी बहस का रूप धारण कर गई, जिस तों बाद वीडियो सोशल मीडिया ते वायरल हो गई है। ਬੀਬਾ ਜੀ ਤੁਸੀਂ ਅੱਜ ਸੱਸੀ ਗੁਜਰ ਆਏ ਹੋ, ਕੀ ਇਸ਼ੂ ਹੋਇਆ ਇੱਥੇ? ਅਸੀਂ ਇੱਥੇ ਆਏ ਸੀ ਜੀ ਖਾਣਾ ਲੈ ਕੇ ਪਟਿਆਲੇ ਤੋਂ, ਕਿਉਂਕਿ ਸਾਨੂੰ ਪਤਾ ਲੱਗ ਗਿਆ ਸੀ ਇੱਥੇ ਪੰਜ ਪਿੰਡ ਨੇ ਸੱਸੀ ਗੁਜਰਾਂ ਵਿੱਚ ਔਰ ਉਹਦੇ ਆਲੇ ਦੁਆਲੇ, ਜਿੱਥੇ ਤਿੰਨ ਦਿਨਾਂ ਦਾ ਕੁਛ ਨਹੀਂ ਪਹੁੰਚਿਆ, ਨਾ ਪਾਣੀ ਪਹੁੰਚਿਆ ਨਾ ਖਾਣਾ ਪਹੁੰਚਿਆ। ਜਦੋਂ ਅਸੀਂ ਇੱਥੇ ਆਏ ਅਸੀਂ ਸਾਰਿਆਂ ਨੂੰ ਫੋਨ ਕੀਤਾ ਵੋਟ ਵਾਸਤੇ, ਆਪ ਨੂੰ ਪਹਿਲੇ ਕੀਤਾ ਫਿਰ ਖਾਲਸਾ ਏਡ ਨੂੰ, ਫਿਰ ਅਸੀਂ ਦੇਖਿਆ ਕਿ ਇੱਕ ਦੋ ਵੋਟਾਂ ਆ ਰਹੀਆਂ ਸੀ ਇੱਧਰ ਨੂੰ, ਅਸੀਂ ਟਰੈਕਟਰ ਨੂੰ ਰੋਕਿਆ ਕਿ ਸਾਨੂੰ ਇੱਕ ਵੋਟ ਦੇ ਦਿਓ, ਖਾਣਾ ਅਸੀਂ ਛੱਡ ਕੇ ਹੁਣੀ ਆ ਜਾਂਗੇ ਵਾਪਸ। ਕਿੰਨਾ ਟਾਈਮ ਲੱਗਦਾ ਜੀ? ਮਨਾ ਕਰਤਾ ਉੱਥੇ, ਉਹ ਚਲੋ ਕਹਿੰਦਾ ਦੇ ਦੇਗਾ, ਪਰ ਉਹ ਫਿਰ ਕਹਿੰਦੇ ਮਿਨਿਸਟਰ ਸਾਹਿਬ ਆ ਰਹੇ ਹਨ, ਤੁਸੀਂ ਤੁਹਾਨੂੰ ਨਹੀਂ ਦੇ ਸਕਦੇ ਵੋਟ। ਫਿਰ ਕਹਿੰਦੇ ਵੋਟ ਇੱਥੇ ਨਹੀਂ ਉਤਰੇਗੀ, ਹਰਿਆਣੇ ਲੈ ਕੇ ਜਾਣੀ ਹੈ ਵੋਟ। ਤਾਂ ਫਿਰ ਮੈਂ ਕਿਹਾ ਕਿਉਂ, ਇੱਥੇ ਸਾਰੇ ਲੋਕ ਖੜੇ ਨੇ, ਆਹ ਦੇਖੋ ਖੜੇ ਨੇ, ਇਹਨਾਂ ਬਾਬਾ ਜੀ ਦਾ ਜਵਾਈ ਗੁਜ਼ਰ ਗਿਆ, ਉਹਦੀ ਡੈਡ ਬੋਡੀ ਨਹੀਂ ਲੱਭ ਰਹੀ ਅੰਦਰ, ਔਰ ਅਸੀਂ ਇਹਨਾਂ ਨੂੰ ਆਖਿਆ ਕਿ ਸਾਨੂੰ ਦੇ ਦਿਓ, ਅਸੀਂ ਕਰਕੇ ਤੁਸੀਂ ਲੈ ਜਾਣਾ ਜਿੱਥੇ ਲੈ ਜਾਣੀ ਹੈ। ਮਨਾ ਕਰਤਾ, ਕਹਿੰਦੇ ਟਰੈਕਟਰ ਚਲਾਓ, ਫਿਰ ਮੈਂ ਟਰੈਕਟਰ ਤੇ ਚੜ ਗਈ। ਫਿਰ ਦੇਖੋ ਮੇਰਾ ਤਾਂ ਇਹਦੇ, ਮੈਂ ਕੀ ਕਰਨਾ ਹੈ, ਅਸੀਂ ਤਾਂ ਇੱਥੇ ਖੜੇ ਆ ਨਾ, ਪਰ ਇਹ ਲੋਕਾਂ ਦਾ ਕਿਆ ਹਾਲ ਹੋ ਰਿਹਾ ਅੰਦਰ, ਇਹ ਗੱਲ ਹੋਈ ਸੀ। ਕੀ ਪ੍ਰੈਜ਼ੈਂਟ ਹਾਲਾਤ ਕੀ ਹੈ? ਕੀ ਤੁਹਾਡੇ ਕੋਲ ਕੋਈ ਖਾਣਾ ਖਾਣ ਪੀਣ ਦਾ ਰਾਸ਼ਨ ਕੋਈ ਆਇਆ ਪਿਛਲੇ ਦੋ ਤਿੰਨ ਦਿਨਾਂ 'ਚ? ਨਾ ਜੀ, ਸਾਡੇ ਕੋਲ ਪੀਣ ਵਾਲੇ ਪਾਣੀ ਤੋਂ ਵੀ ਦੱਸ ਰਹੇ ਹਾਂ ਜੀ ਅਸੀਂ। ਅੱਛਾ ਜੀ, ਹਾਂਜੀ, ਲਾਈਟ ਬੰਦ ਕੀਤੀ ਹੋਈ ਹੈ ਜੀ, ਸਪਲਾਈ ਸਾਰੀ ਜੀ, ਸਪਲਾਈ ਤਾਂ ਬੰਦ ਹੈ, ਪ੍ਰੋਬਲਮ ਹੈ। ਠੀਕ ਹੈ, ਅਸੀਂ ਇੱਥੇ ਖੜੇ ਹਾਂ, ਅਸੀਂ ਸਾਰਿਆਂ ਨੂੰ ਫੋਨ ਮਾਰਿਆ ਕਿ ਸਾਨੂੰ ਫੋਨ ਕਰੀ ਜਾਏ, ਡੀਸੀ ਨੂੰ,
ਕੱਲ ਦੇਖਦੇ ਆ ਕੇ ਕੱਲ ਜਿਹੜਾ ਕੱਲ ਦੇਖਦੇ ਆ ਕੇ ਕੱਲ ਜਿਹੜਾ ਕੱਲ 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 ਕੱ